ਪੰਜਾਬ ਸਮੇਤ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਕੱਲ੍ਹ ਤੋਂ ਕਣਕ ਦੀ ਸਰਕਾਰੀ ਖਰੀਦ ਦਾ ਕੰਮ ਸ਼ੁਰੂ ਹੋ ਰਿਹਾ ਹੈ। ਕੋਰੋਨਾ ਵਾਇਰਸ ਮਹਾਂਮਾਰੀ ਦੇ ਸੰਕਟ ਦਰਮਿਆਨ ਕਣਕ ਦੀ ਖਰੀਦ ਦਾ ਇਹ ਸੀਜ਼ਨ ਸਰਕਾਰ ਵਾਸਤੇ ਚੁਣੌਤੀ ਭਰਿਆ ਹੈ, ਜਿੱਥੇ ਪ੍ਰਸ਼ਾਸਨ ਵੱਲੋਂ ਲਾਕਡਾਊਨ ਦੇ ਨਿਯਮਾਂ 'ਚ ਕੁਝ ਛੋਟਾਂ ਦੇ ਕੇ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਦੇ ਨਿਯਮ ਨੂੰ ਪੂਰੀ ਸਖਤੀ ਨਾਲ ਲਾਗੂ ਕਰਨ ਦੇ ਉਪਰਾਲੇ ਕੀਤੇ ਗਏ ਨੇ। ਸਰਕਾਰ ਵੱਲੋਂ ਕਿਸਾਨਾਂ, ਆੜ੍ਹਤੀਆਂ ਅਤੇ ਮੰਡੀ ਅਫਸਰਾਂ ਲਈ ਖਾਸ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ। ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਬਠਿੰਡਾ 'ਚ ਕਿਹਾ ਕਿ ਕਣਕ ਦੀ ਖਰੀਦ ਦਾ ਕੰਮ 3 ਹਫ਼ਤਿਆਂ 'ਚ ਮੁਕੰਮਲ ਹੋ ਜਾਂਦਾ ਹੈ, ਪਰ ਇਸ ਵਾਰ ਕਰਫਿਊ ਕਾਰਨ ਇਸ ਨੂੰ 8 ਤੋਂ 10 ਹਫ਼ਤਿਆਂ 'ਚ ਪੂਰਾ ਕੀਤਾ ਜਾਵੇਗਾ। ਵਿੱਤ ਮੰਤਰੀ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਵੱਲੋਂ ਕਣਕ ਦੀ ਖਰੀਦ ਦੇ ਵਿਆਪਕ ਇੰਤਜ਼ਾਮ ਕੀਤੇ ਗਏ ਨੇ ਅਤੇ ਉਹ ਸਰਕਾਰ ਨਾਲ ਸਹਿਯੋਗ ਕਰਨ। ਉਨ੍ਹਾਂ ਦੱਸਿਆ ਕਿ ਕਣਕ ਖਰੀਦਣ ਲਈ 24,000 ਕਰੋੜ ਰੁਪਏ ਦੀ ਰਾਸ਼ੀ ਰਿਜ਼ਰਵ ਬੈਂਕ ਵੱਲੋਂ ਜਾਰੀ ਕਰ ਦਿੱਤੀ ਗਈ ਹੈ। 15 ਤਾਰੀਖ ਤੋਂ ਪੰਜਾਬ ਦੇ ਵਿੱਚ ਪ੍ਰੋਕਿਓਰਮੈਂਟ ਜਿਹੜੀ ਇਹ ਸ਼ੁਰੂ ਹੋ ਰਹੀ ਹੈ। ਪਹਿਲਾਂ ਤਾਂ ਕੋਈ 3 ਹਫ਼ਤਿਆਂ 'ਚ ਇਹ ਸਾਰਾ ਬੰਦੋਬਸਤ ਜਿਹੜਾ ਹੈ ਇਹ ਕੰਪਲੀਟ ਹੋ ਜਾਂਦਾ ਸੀ। ਇਸ ਸਾਲ ਕਿਉਂਕਿ ਕਰਫਿਊ ਅਤੇ ਸੋਸ਼ਲ ਡਿਸਟੈਂਸਿੰਗ ਅਤੇ ਇਸ ਕਿਸਮ ਦੀਆਂ ਪਾਬੰਦੀਆਂ ਲੱਗੀਆਂ ਹੋਈਆਂ ਔਰ ਪਾਬੰਦੀਆਂ ਦੀ ਵਜ੍ਹਾ ਨਾਲ 3 ਹਫ਼ਤੇ ਦੀ ਬਜਾਏ ਇਹ 8 ਹਫ਼ਤਿਆਂ ਦੇ ਵਿੱਚ ਜਾਂ 10 ਹਫ਼ਤਿਆਂ ਦੇ ਵਿੱਚ ਇਹ ਕੰਪਲੀਟ ਕਰਾਂਗੇ। ਪਰ ਮੇਰਾ ਤਾਂ ਸਿਰਫ ਜਿਹੜੇ ਪੰਜਾਬ ਦੇ ਕਿਸਾਨ ਹੈ ਉਹਨਾਂ ਨੂੰ ਇੱਕੋ ਹੀ ਭਰੋਸਾ, ਯਕੀਨ, ਇਤਬਾਰ, ਵਿਸ਼ਵਾਸ, ਤਸੱਲੀ ਇਸ ਗੱਲ ਦੀ ਹੈ ਕਿ ਗੌਰਮੈਂਟ ਕੋਲ ਪੈਸੇ ਜਿਹੜੇ ਆ ਰਿਜ਼ਰਵ ਬੈਂਕ ਆਫ ਇੰਡੀਆ ਕੋਲ ਉਹਨਾਂ ਉਹ ਲਿਮਿਟ ਜਿਹੜੀ ਹੈ 23,24,000 ਕਰੋੜ ਦੀ ਉਹ ਸੈਂਕਸ਼ਨ ਹੋ ਚੁੱਕੀ ਹੈ। ਮੈਨੂੰ ਨਹੀਂ ਲੱਗਦਾ ਵੀ ਇੱਕ ਵੀ ਕਣਕ ਦਾ ਦਾਣਾ ਐਸਾ ਹੋਊਗਾ ਜਿਹੜਾ ਪੰਜਾਬ 'ਚੋਂ ਪ੍ਰੋਕਿਓਰ ਨਾ ਹੋ ਸਕੇ।